ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਹਾਂਜੀ 2 ਵੱਜ ਚੁੱਕਿਆ ਤੇ ਲੰਚ ਦਾ ਟਾਈਮ ਹੋ ਚੁੱਕਿਆ ਤੇ ਅੱਜ ਆਪਣੇ ਘਰ ਆਏ ਆ ਗੈਸਟ ਤੁਸੀਂ ਮੇਰੇ ਲਾਸਟ ਬਲੌਗ ਦੇਖੇ ਹੋਣਗੇ ਮੈਂ ਯੂਪੀ ਦੀ ਮੈਰਿਜ ਵਾਲੇ ਬਲੌਗ ਪਾਏ ਸੀ ਤੇ ਜਿਨ੍ਹਾਂ ਦੀ ਆਪਾਂ ਮੈਰਿਜ ਤੇ ਗਏ ਸੀਗੇ ਤੇ ਉਹ ਅੱਜ ਆਪਣੇ ਗੈਸਟ ਆਏ ਹੋਏ ਆ ਤੇ ਉਹ ਕਹਿੰਦੇ ਵੀ ਅਸੀਂ ਪਕੌੜੇ ਖਾਣੇ ਆ ਤੇ ਅੱਜ ਆਪਾਂ ਗੋਭੀ ਤੇ ਪਾਲਕ ਵਾਲੇ ਪਕੌੜੇ ਬਣਾ ਰਹੇ ਹਾਂ ਤੇ ਨਾਲ ਨਾਲ ਤੁਹਾਨੂੰ ਵੀ ਇੰਜੋਏ ਕਰਾਵਾਂਗੇ ਆਪਾਂ ਪਕੌੜੇ ਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ ਆ ਜਾਓ ਜੀ ਗੈਸਟ ਆਏ ਹੋਏ ਆਪਣੇ ਅਤੇ ਆਪਾਂ ਬਣਾਉਂਦੇ ਹਾਂ ਗੋਭੀ ਵਾਲੇ ਪਕੌੜੇ ਇਹ ਕਹਿੰਦਾ ਮੈਂ ਤੁਹਾਨੂੰ ਆਪ ਹੀ ਬਣਾ ਕੇ ਖਵਾਊਂ ਸਾਰਿਆਂ ਨੂੰ ਪਕੌੜੇ ਅਤੇ ਇੱਧਰ ਗੋਭੀ ਫਰਾਈ ਹੋ ਰਹੀ ਹੈ ਅਤੇ ਇੱਧਰ ਪਾਲਕ ਪਿਆਜ਼ ਵਗੈਰਾ ਪਏ ਹੋਏ ਆ ਅਤੇ ਇੱਧਰ ਬੇਸਣ ਲਓ ਜੀ ਤਿਆਰੀ ਹੋ ਰਹੀ ਹੈ ਪਕੌੜਿਆਂ ਦੀ ਇੱਧਰ ਮਾਸੀ ਹੋਏ ਖਾਣ ਵਾਸਤੇ ਬੈਠੇ ਆ ਭੂਆ ਜੀ ਬੈਠੇ ਆ ਹਜੇ ਤਾਂ ਬਣੇ ਵੀ ਨਹੀਂ ਖਾਣ ਲਈ ਇਕੱਠ ਪਹਿਲਾਂ ਹੀ ਹੋ ਗਿਆ ਆਪਾਂ ਬੇਸਣ ਦੇ ਵਿੱਚ ਪਾਲਕ ਮਿਕਸ ਕਰ ਲਈ ਹੈ ਅਤੇ ਹੁਣ ਅਕੋਰਡਿੰਗ ਟੂ ਟੇਸਟ ਨੌਨ ਮਿਰਚ ਹਲਦੀ ਐਡ ਕਰਾਂਗੇ ਅਤੇ ਜੀਰਾ ਵੀ ਪਾਵਾਂਗੇ ਉੱਧਰ ਗੋਭੀ ਫਰਾਈ ਹੋ ਰਹੀ ਹੈ ਆਪਾਂ ਵਿੱਚ ਐਡ ਕਰਤੀ ਆ ਗੋਭੀ ਲਓ ਜੀ ਆਪਣਾ ਸਮਾਨ ਤਿਆਰ ਆ ਅਤੇ ਤੇਲ ਆਪਾਂ ਪਾਤਾ ਕੜਾਹੀ ਦੇ ਵਿੱਚ ਅਤੇ ਬਸ ਤੇਲ ਪੱਕਦਾ ਅਤੇ ਫਿਰ ਆਪਾਂ ਬਣਾਉਂਦੇ ਹਾਂ ਪਕੌੜੇ ਫਿਰ ਦੇਖ ਲਓ ਕੋਈ ਪਿਆ ਕੋਈ ਗੱਲਾਂ ਮਾਰੀ ਜਾਂਦਾ ਸਾਰੇ ਜਣੇ ਬਣਨੇ ਹੋ ਗਏ ਆਪਣੇ ਸ਼ੁਰੂ ਅਤੇ ਪਾ ਕੇ ਆ ਕੜਾਹੀ ਦੇ ਵਿੱਚ ਦੇਖਦੇ ਹਾਂ ਹੁਣ ਕਿੱਦਾਂ ਦੇ ਬਣਦੇ ਆ ਆਪਣੇ ਬਣ ਰਹੇ ਅੱਗ ਥੋੜ੍ਹੀ ਤੇਜ਼ ਆ ਅਤੇ ਥੋੜ੍ਹੇ ਜਿਹੇ ਪਕੌੜੇ ਆਪਣੇ ਬਣ ਕੇ ਇੱਧਰ ਵੀ ਰੱਖੇ ਹੋਏ ਆ ਕਿਉਂ ਭਾਂਡੇ ਕਿਉਂ ਲੁਕੋਲੇ ਮੈਂ ਕੀ ਉਹਦਾ ਨਹੀਂ ਭਾਂਡੇ ਲੈ ਕੇ ਪਹਿਲਾਂ ਤੁਰਿਆ ਆਉਂਦਾ ਬਣਾਉਣ ਵਾਲਾ ਨਾ ਹੀ ਕਿੱਧਰ ਵੀਡੀਓ ਤਾਂ ਤੇਰੀ ਬਣਾਉਣੀ ਨਹੀਂ ਸੀ ਮੈਂ ਪਕੌੜੇ ਚੱਕਦੇ ਵੀ ਸਾਰਿਆਂ ਤੋਂ ਪਹਿਲਾਂ ਬਣਾਉਂਦੇ ਹਾਂ ਬਹਿ ਕੇ ਇੱਥੇ ਪਕੌੜੇ ਚਾਹ ਵੀ ਧਰਤੀ ਆਪਾਂ ਪਕੌੜਿਆਂ ਨਾਲ ਪੀਣ ਲਈ ਅਤੇ ਉੱਧਰ ਖਾਣੇ ਵੀ ਸ਼ੁਰੂ ਕਰਤੇ ਆ ਸੰਗਤਾਂ ਨੇ ਜੱਗਾ ਸਾਰਿਆਂ ਨੂੰ ਸਾਫ਼ ਕਰ ਰਿਹਾ ਪਕੌੜੇ ਇਹ ਖਾ ਹਟਿਆ ਭੂਆ ਜੀ ਖਾ ਰਹੀ ਆ ਬਣਾ ਰਹੀ ਆ ਇੱਧਰ ਮਾਸੀ ਅਤੇ ਸਿਮਰਨ ਦੋਨੇ ਜਣੀਆਂ ਖਾ ਰਹੀਆਂ ਹੋਰ ਲਓ ਜੀ ਆਪਣੀ ਚਾਹ ਵੀ ਬਣ ਕੇ ਰੈਡੀ ਆ ਪਕੌੜਿਆਂ 'ਤੇ ਹੱਲਾ ਬੋਲਿਆ ਹੋਇਆ ਸਾਰਿਆਂ ਨੇ ਆਪਾਂ ਕਰਦੇ ਹਾਂ ਟੇਸਟ ਪਕੌੜੇ ਸਾਰਿਆਂ ਨੇ ਛੱਕ ਲਏ ਆ ਲੱਗਦਾ ਬਹੁਤ ਯੰਮੀ ਬਣੇ ਆ ਬਹੁਤ ਯੰਮੀ ਆ ਆਪਣੇ ਬਣ ਚੁੱਕੇ ਆ ਅਤੇ ਆਪਣਾ ਕੰਮ ਹੋ ਚੁੱਕਿਆ ਫਿਨਿਸ਼ ਅਤੇ ਸਾਰਿਆਂ ਨੇ ਖਾ ਵੀ ਲਏ ਆ ਅਤੇ ਇੰਨੇ ਪਕੌੜੇ ਆਪਣੇ ਵੱਧ ਗਏ ਆ ਅਤੇ ਇਹ ਆਪਾਂ ਬਰਿੰਜਲ ਪਾ ਕੇ ਬਣਾਏ ਆ ਬਰਿੰਜਲ ਵਾਲੇ ਆ ਦੇਖ ਸਕਦੇ ਤੁਸੀਂ ਅਤੇ ਸਾਰੇ ਪਕੌੜੇ ਖਾ ਕੇ ਵਿਹਲੇ ਹੋ ਗਏ ਆ
ਸੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਸਾਡੀ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ। ਖਾ ਲਿਆ ਅਤੇ ਚਾਹ ਪੀ ਲਈ ਹੈ ਅਤੇ ਹੁਣ ਆਪਾਂ ਸਾਰਿਆਂ ਨੇ ਵਿਹਲੇ ਹੋ ਕੇ ਮਾਰਦੇ ਹਾਂ ਗੱਲਾਂ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਸਾਡੀ ਵੀਡੀਓ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ। ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਓਕੇ, ਬਾਏ ਬਾਏ।